ਉਹ ਗੋਲੀਆਂ ਦੇ ਮਾਂ ਗੋਲੀਆਂ ਦੇ ਨਾਲ ਮਾਂ ਦਾ ਪੁੱਤ ਮਾਰ ਉਹ ਮੱਚੀ ਹਾਹਾਕਾਰ ਗਈ ਕੋਲ ਸਹਿਲ ਦੀ ਦਿੱਲੀ ਤੱਕ ਨਹੀਂ ਸੱਚ ਗੱਲ ਦਿੱਲੀ ਤੱਕ ਨਹੀਂ ਕੋਲ ਸਕੀ ਉਹ ਮੱਚੀ ਹਾਹਾਕਾਰ ਗਈ ਕੋਲ ਸਹਿਲ ਦੀ ਬਿਲਕੁਲ ਸੱਚੀ ਗੱਲ ਕਹੂੰਗਾ ਸੱਚੀ ਗੱਲ ਆ ਅੱਧੇ ਕਿ ਫੜੇ ਤੇ ਅੱਧੇ ਗਏ ਭੱਜਵੇ ਚਾਰ ਕੇ ਬਣੇ ਨੇ ਅੱਧੇ ਭੁੱਜੇ ਹੋਏ ਨੇ ਪਿਤਾ ਜੀ ਇਸ ਟਾਈਮ ਦੀ ਗੱਲ ਆ ਅੱਧੇ ਕਿ ਫੜੇ ਤੇ ਅੱਧੇ ਗਏ ਭੱਜਵੇ ਮਾਂ ਦੇ ਪੁੱਤ ਸਿੱਧੂ ਦਾ ਰੋਂਦਾ ਅੱਜ ਪੂਰਾ ਜੱਗ ਵੇ ਇਹ ਗੁਆਂਢੀ ਨਹੀਂ ਹੁੰਦੇ ਕਿਸੇ ਨੂੰ ਕਈ ਰਮਾਨ ਤੇ ਕੀ ਗਏ ਲੁਕ ਜੀ ਕੰਨੇ ਪੁਲਿਸ ਦੀ ਬੁਰੀ ਸੋ
ਜਿਨ੍ਹਾਂ ਨੇ ਅਮਰ ਸਿੰਘ ਜਗਮੀਤਾ ਜੀ ਮਾਰਿਆ ਸੀ, ਮੈਂ ਸਿੱਧਾ ਤਾਂ ਨਹੀਂ ਕਹਿੰਦਾ, ਆਹ ਦੇਖੇ ਕੀੜੇ ਪੈ ਕੇ ਮਰੇ, ਅਮੈਰਿਕਾ 'ਚ ਮਰਿਆ ਪੰਪ 'ਤੇ ਤੇਲ ਪਾਉਂਦਾ ਪਾਉਂਦਾ, ਜਿਹਨੇ ਮੁਖਬਰੀ ਕੀਤੀ ਇਹਦੀ, ਤਾਂ ਕਹਿੰਦੇ ਜੇਲ੍ਹ 'ਚ ਛੱਡ ਦੇ ਤੀ ਗੇਗੜੇ ਹੀ ਅੱਧੀ ਜਾਂਦੇ ਮੋਰ ਤੋਂ ਗਿਆ ਜੇ ਮਾਰਿਆ ਪੀਸ ਹੋ ਜਾਵੇ ਅੱਗੇ ਐਸ ਐਸ ਪੀ ਦੇ ਅੱਗੇ ਮੈਂ ਮਾਰਿਆ ਜੀ ਆਖਣਾ ਯਾਰ ਮਾਰਿਆ ਫਿਰ ਲੋਕਾਂ ਦਾ ਕੀ ਫਾਇਦਾ, ਚੋਰਾਂ ਨੂੰ ਮਾਰ ਕੇ ਭੱਜ ਗਏ, ਸਵਾਲ ਤਾਂ ਸਿੱਧੇ ਅੱਗੇ ਕਰੋ ਪੇਸ਼ ਹੋਵੋ ਵੀ ਮੈਂ ਮਾਰਿਆ ਜੀ, ਲੁਕਣ ਦੀ ਕੀ ਲੋੜ ਆ, ਕਈਆਂ ਦੇ ਘਰਦਿਆਂ ਨੂੰ ਚੰਗੀ ਫਿਰ ਵੀ ਕਹਿੰਦੇ ਮੇਰੀ ਜੁਗਨੀ, ਅੱਜ ਕੱਲ੍ਹ ਦੇ ਜਵਾਨ ਦੀ ਮੁੰਡਿਆਂ ਦੀ ਹਰ ਪਲ ਉਹਨਾਂ ਦੇ ਜਵਾਨੇ ਦੀ ਜੁਗਨੀ ਦੀ ਗੱਲ ਕਰਦਾ, ਅੱਜ ਕੱਲ੍ਹ ਦੇ ਮੁੰਡਿਆਂ ਦੇ ਟਾਈਮ ਦੀ ਜੁਗਨੀ ਗੱਲ ਕਰ ਰਿਹਾ, ਕਹਿੰਦਾ ਮੇਰੀ ਜੁਗਨੀ ਚੰਡੀਗੜ੍ਹ ਪੜ੍ਹਦੀ, ਗੱਲਾਂ ਇੰਗਲਿਸ਼ ਦੇ ਵਿੱਚ ਕਰਦੀ, ਇਹ ਜੁਗਨੀ ਦੀਆਂ ਗੱਲਾਂ ਨੇ, ਜੁਗਨੀ ਅੱਜ ਕੱਲ੍ਹ ਦੀ ਵੀ ਗੱਲ ਕਰ ਰਿਹਾ, ਕਹਿੰਦਾ ਮੇਰੀ ਜੁਗਨੀ